ਧੰਨ ਵਾਹਿਗੁਰੂ ਜੀਓ। ਬਸੰਤ ਬਾਣੀ ਭਗਤਾਂ ਕੀ, ਕਬੀਰ ਜੀ ਘਰ ਪਹਿਲਾ, ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਮੌਲੀ ਧਰਤੀ ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ, ਰਾਜਾ ਰਾਮ ਮੌਲਿਆ ਅਨੰਤ ਭਾਇ, ਜਹ ਦੇਖੋ ਤਹ ਰਹਿਆ ਸਮਾਇ ਰਹਾਉ। ਦੁਤੀਆ ਮੌਲੇ ਚਾਰ ਬੇਦ, ਸਿਮਰਤ ਮੌਲੀ ਸਿਉਂ ਕਤੇਬ, ਸ਼ੰਕਰ ਮੌਲਿਓ ਜੋਗ ਧਿਆਨ, ਕਬੀਰ ਕੋ ਸੁਆਮੀ ਸਭ ਸਮਾਨ, ਸ਼ੰਕਰ ਮੌਲਿਓ ਜੋਗ ਧਿਆਨ, ਕਬੀਰ ਕੋ ਸੁਆਮੀ ਸਭ ਸਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਆਪਾਂ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਆਪਣੇ ਹਜ਼ੂਰ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਅਤੇ ਇਕਾਗਰਤਾ ਸਹਿਤ ਸਰਵਣ ਕੀਤੇ ਹਨ। ਆਪ ਜੀ ਵਿਦਤ ਹੋ ਰੋਜ਼ਾਨਾ ਦੇ ਦੀਵਾਨਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਵਿੱਚੋਂ ਭਗਤ ਸਾਹਿਬਾਨਾਂ ਦੀ ਲੜੀਵਾਰ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਮੁਬਾਰਕ ਸ਼ਬਦਾਂ ਨੂੰ ਆਪਾਂ ਰੋਜ਼ਾਨਾ ਵਿਚਾਰਨ ਦਾ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਇਹ ਆਹਰ ਕਰਦੇ ਹਾਂ। ਸੋ ਰਾਗ ਬਸੰਤ ਵਿਚਲੀ ਭਗਤ ਕਬੀਰ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਵਿਚਾਰਨ ਦਾ ਇਹ ਆਪਾਂ ਆਰੰਭਤਾ ਅੱਜ ਉਹਨਾਂ ਦੇ ਸ਼ਬਦਾਂ ਦੀ ਕਰ ਰਹੇ ਹਾਂ। ਕੁੱਲ 7 ਸ਼ਬਦ ਇਸ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਦਰਜ ਨੇ। ਇਹ ਪਹਿਲਾ ਸ਼ਬਦ ਹੈ ਰਾਗ ਬਸੰਤ ਵਿੱਚ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1193 ਉੱਪਰੇ ਪਾਵਨ ਸ਼ਬਦ ਸੁਭਾਇਮਾਨ ਹੈ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਕਿਸੇ ਵੀ ਰਾਗ ਵਿੱਚ ਜਿੱਥੇ ਭਗਤਾਂ ਦੀ ਬਾਣੀ ਦਰਜ ਹੈ
ਸਭ ਤੋਂ ਪਹਿਲਾਂ ਕਬੀਰ ਸਾਹਿਬ ਜੀ ਦੇ ਸ਼ਬਦ ਉਸ ਰਾਗ ਵਿੱਚ ਭਗਤ ਸਾਹਿਬਾਨਾਂ ਵਿੱਚੋਂ ਦਰਜ ਹੁੰਦੇ ਹਨ, ਕਿਉਂਕਿ ਉਹਨਾਂ ਦੀ ਬਾਣੀ ਵਧੀਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ ਇਵੇਂ ਹੀ ਹੈ ਕਿ ਜਿੱਥੇ ਵੀ ਭਗਤਾਂ ਦੀ ਬਾਣੀ ਆਏਗੀ ਸਭ ਤੋਂ ਪਹਿਲਾਂ ਕਬੀਰ ਸਾਹਿਬ ਜੀ ਦੀ ਬਾਣੀ ਦਰਜ ਹੋਏਗੀ। ਫਿਰ ਨਿਰੰਤਰਤਾ ਦੇ ਵਿੱਚ ਭਗਤ ਨਾਮਦੇਵ ਸਾਹਿਬ ਦੀ, ਫਿਰ ਭਗਤ ਰਵਿਦਾਸ ਜੀ ਦੀ, ਫਿਰ ਉਸ ਤੋਂ ਬਾਅਦ ਦੂਜੇ ਭਗਤ ਸਾਹਿਬਾਨਾਂ ਦੀ। ਸੋ ਕਬੀਰ ਜੀ ਮਹਾਰਾਜ ਦਾ ਇਹ ਮੁਬਾਰਕ ਸ਼ਬਦ, ਜਿਸ ਦੀ ਆਰੰਭਤਾ ਦਾ ਸਿਰਲੇਖ ਇਹ ਹੈ ਬਸੰਤ ਬਾਣੀ ਭਗਤਾਂ ਕੀ, ਇੱਥੋਂ ਭਗਤ ਬਾਣੀ ਆਰੰਭ ਹੁੰਦੀ ਹੈ। ਇਸ ਤੋਂ ਪਹਿਲਾਂ ਵਾਰ ਦਰਜ ਹੈ ਤਿੰਨ ਪੌੜੀਆਂ ਦੇ ਰੂਪ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ 22 ਵਾਰਾਂ ਦਰਜ ਨੇ ਔਰ ਕੇਵਲ 2 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਕੋਈ ਸਲੋਕ ਆਦਿਕ ਦਰਜ ਨਹੀਂ ਹੈ। ਔਰ ਰਾਮਕਲੀ ਰਾਗ ਦੇ ਅੰਦਰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਦੀ ਉਚਾਰਨ ਕੀਤੀ 8 ਪੌੜੀਆਂ ਦੀ ਵਾਰ, ਉਸ ਨਾਲ ਵੀ ਕੋਈ ਸਲੋਕ ਨਹੀਂ, ਉਹ ਕੇਵਲ 8 ਪੌੜੀਆਂ ਨੇ। ਬਸੰਤ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਵਾਰ, ਇਸ ਦੀਆਂ ਕੁੱਲ 3 ਪੌੜੀਆਂ ਨੇ, ਇਸ ਦੇ ਨਾਲ ਵੀ ਕੋਈ ਸਲੋਕ ਦਰਜ ਨਹੀਂ। ਬਾਕੀ 20 ਵਾਰਾਂ ਦੇ ਨਾਲ ਸਲੋਕ ਪ੍ਰਕਰਨ ਮੁਤਾਬਕ ਹਰ ਪੌੜੀ ਦੇ ਨਾਲ ਦਰਜ ਹਨ। ਸੋ ਸਤਿਗੁਰੂ ਮਹਾਰਾਜ ਨੇ ਸਿਰਲੇਖ ਦਰਜ ਕਰਦਿਆਂ ਅੰਕਿਤ ਕੀਤਾ ਹੈ ਕਬੀਰ ਜੀ ਘਰ ਪਹਿਲਾ, ਵੀ ਇਹ ਸ਼ਬਦ ਭਗਤਾਂ ਦੀ ਬਾਣੀ ਆਰੰਭ ਹੋਈ ਹੈ ਅਤੇ ਇਹ ਸ਼ਬਦ ਕਬੀਰ ਜੀ ਦਾ ਹੈ। ਸੁਰ ਅਤੇ ਤਾਲ ਨਾਲ ਸੰਬੰਧਿਤ ਇਸ ਨੂੰ ਪਹਿਲੇ ਘਰ ਵਿੱਚ ਗਾਇਆ ਜਾਣਾ ਹੈ। ਸੰਖੇਪ ਮੰਗਲਾਚਰਨ ਦਰਜ ਹੈ 1 ਓੰਕਾਰ ਸਤਿਗੁਰ ਪ੍ਰਸਾਦ, 1 ਹਿੰਦਸਾ 1 ਅਖੰਡ ਪ੍ਰਭੂ ਸੱਤਾ ਸੰਪੰਨ, 1 ਨਿਰੰਤਰ ਪ੍ਰਵਾਹ ਵਿੱਚ ਰਹਿਣ ਵਾਲੀ ਉਸ ਹਸਤੀ ਦਾ ਪ੍ਰਤੀਕ ਹੈ ਵੀ ਉਹ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਖੰਡਿਤ ਨਹੀਂ। ਜੇ ਉਹਨੂੰ 2 ਜਾਂ 3 ਚ ਬਿਆਨ ਕੀਤਾ ਜਾਏ ਤੇ ਉਹ ਖੰਡਿਤ ਮੰਨੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 1 ਅਖੰਡ ਜੋਤ ਵਿੱਚ ਯਕੀਨ ਰੱਖਦੀ ਹੈ ਜੋ ਸਾਰੀ ਕੁੱਲ ਕਾਇਨਾਤ ਵਿੱਚ ਵਿਆਪਕ ਹੈ। ਇਸ ਲਈ 1 ਹਿੰਦਸੇ ਦੇ ਨਾਲ ਓਅੰਕਾਰ ਦਰਜ ਕੀਤਾ, ਉਹ 1 ਹੈ, ਅਖੰਡ ਹੈ, ਨਿਰੰਤਰ ਹੈ ਅਤੇ ਸਾਰੀ ਕਾਇਨਾਤ ਵਿੱਚ ਆਪਣੀ ਸਿਰਜਣਾ ਵਿੱਚ ਵਿਆਪਕ ਹੈ। ਸਦੀਵ ਕਾਲ ਸੱਚੀ ਹੋਣ ਵਾਲਾ ਹੈ, ਸੱਚੇ ਗੁਰੂ ਦੇ ਪ੍ਰਸਾਦ ਕਿਰਪਾ ਦੇ ਨਾਲ ਉਸ ਪਰਮੇਸ਼ਰ ਦੀ ਸੋਝੀ ਅਨੁਭਵ ਜੀਵ ਨੂੰ ਹੁੰਦਾ ਹੈ। ਇਹ ਰਾਗ ਬਸੰਤ ਹੈ, ਬਸੰਤ ਇੱਕ ਰੁੱਤ ਵੀ ਹੈ। ਚੇਤ ਅਤੇ ਵਿਸਾਖ ਦਾ ਮਹੀਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਸੰਤ ਰੁੱਤ ਦਾ ਮਹਾਰਾਜ ਨੇ ਮੰਨਿਆ। ਸਾਲ ਵਿੱਚ 6 ਰੁੱਤਾਂ ਆਉਂਦੀਆਂ ਨੇ। ਇੱਕ ਰੁੱਤ ਨਾਲ 2 ਮਹੀਨੇ ਸੰਬੰਧਿਤ ਕੀਤੇ ਨੇ ਰੁੱਤੀ ਸਲੋਕਾਂ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਜਿਸ ਵੇਲੇ ਆਪਾਂ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਤੁਖਾਰੀ ਛੰਤ, ਜਿਸ ਨੂੰ ਪਹਿਲਾ 12 ਮਾਹ ਵੀ ਆਮ ਬੋਲੀ 'ਚ ਕਹਿ ਦਿੱਤਾ ਜਾਂਦਾ ਹੈ, ਇਸ ਦੇ ਕੁੱਲ 17 ਪਦੇ ਨੇ। 12 ਮਹੀਨਿਆਂ ਦਾ ਮਹਾਰਾਜ ਨੇ ਸੰਕੇਤ ਵਰਗ ਕੇ ਜ਼ਿਕਰ ਕੀਤਾ ਹੈ। ਉਹਦੇ ਵਿੱਚ ਵੀ ਚੇਤ ਬਸੰਤ ਭਲਾ ਭਵਰ ਸੁਹਾਵੜੇ। ਫਿਰ ਵੈਸਾਖ ਦੇ ਮਹੀਨੇ ਦਾ ਜ਼ਿਕਰ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ, ਵੈਸਾਖ ਪੜਾ ਸ਼ਾਖਾ ਵੇਸ ਕਰੇ। ਪਹਿਲੇ ਮਹੀਨੇ ਵਿੱਚ ਮਹਾਰਾਜ ਨੇ ਬਸੰਤ ਭਲਾ ਲਿਖਿਆ ਅਤੇ ਨਾਲ ਹੀ ਵੈਸਾਖ ਵਿੱਚ ਸ਼ਾਖਾ ਵੇਸ ਕਰੇ।
ਵੀ ਇਸ ਦਾ ਮਤਲਬ ਹੁੰਦਾ ਵੀ ਨਵਾਂ ਪਹਿਰਾਵਾ ਧਾਰਨ ਕਰਦੀਆਂ ਨੇ ਟਾਹਣੀਆਂ ਰੁੱਖਾਂ ਦੀਆਂ, ਉਹਦੇ ਉੱਤੇ ਕਰੂੰਬਲਾਂ ਜਦੋਂ ਫੁੱਟਦੀਆਂ ਨਵੇਂ ਪੱਤੇ ਆਉਂਦੇ ਨੇ। ਇਵੇਂ ਮਹਾਰਾਜ ਦੇ ਇਹਨਾਂ ਦੋਨਾਂ ਹੀ ਪਦਿਆਂ ਦਾ ਜੋ ਸੰਕੇਤ ਹੈ ਉਹ ਚੇਤ ਅਤੇ ਵੈਸਾਖ ਨੂੰ ਬਸੰਤ ਰੁੱਤ ਨਾਲ ਸੰਬੰਧਿਤ ਕਰਨ ਦਾ ਸੰਕੇਤ ਹੈ। ਸੋ ਸਾਹਿਬ ਸਤਿਗੁਰੂ ਮਹਾਰਾਜ ਨੇ ਜਿੱਥੇ ਬਾਹਰ ਬਸੰਤ ਰੁੱਤ ਆਉਂਦੀ ਹੈ ਅਤੇ ਬਨਸਪਤੀ ਦੇ ਉੱਤੇ ਖੇੜਾ ਆਉਂਦਾ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨ ਔਰ ਆਤਮਾ ਦੇ ਖੇੜੇ ਦੀ ਗੱਲ ਵੀ ਕੀਤੀ, ਅੰਦਰ ਦੇ ਵਿਗਾਸ ਦੀ ਗੱਲ ਕੀਤੀ। ਵੈਸੇ ਸਾਲ ਵਿੱਚ 6 ਰੁੱਤਾਂ ਨੇ, ਪਰ ਸਭ ਤੋਂ ਵੱਧ ਕਵੀਆਂ ਨੇ ਜਿਸ ਰੁੱਤ ਨੂੰ ਸਲਾਹਿਆ ਹੈ ਉਹ ਬਸੰਤ ਰੁੱਤ ਹੈ। ਇਸ ਰੁੱਤ ਨੂੰ ਬੜੀ ਉੱਤਮ ਰੁੱਤ ਮੰਨਿਆ ਗਿਆ, ਛਿਆਂ ਦੇ ਵਿੱਚੋਂ ਸਭ ਤੋਂ ਉੱਤਮ ਰੁੱਤ ਇਸ ਨੂੰ ਮੰਨਿਆ ਗਿਆ, ਮੌਸਮ ਪੱਖੋਂ ਵੀ, ਕੁਦਰਤੀ ਵਰਤਾਰੇ ਪੱਖੋਂ ਵੀ। ਸੋ ਕਬੀਰ ਜੀ ਦੇ ਇਸ ਮੁਬਾਰਕ ਸ਼ਬਦ ਵਿੱਚ, ਕਿਉਂਕਿ ਖੇੜੇ ਦਾ, ਮੌਲਣ ਦਾ, ਵਿਗਾਸ ਦਾ ਜ਼ਿਕਰ, ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਸ਼ਬਦ ਨੂੰ ਰਾਗ ਬਸੰਤ ਵਿੱਚ ਦਰਜ ਕੀਤਾ। ਕਬੀਰ ਜੀ ਮਹਾਰਾਜ ਰਹਾਉ ਦੇ ਬੰਦ ਵਿੱਚ ਫਰਮਾਉਂਦੇ ਨੇ, ਰਾਜਾ ਰਾਮ ਮੌਲਿਆ ਅਨੰਤ ਪਾਏ। ਵੈਸੇ ਇੱਥੇ ਐੜਾ, ਨੰਨਾ ਅਤੇ ਤੱਤਾ ਅੱਖਰ ਅਨਥ, ਜਿਸ ਦਾ ਉਚਾਰਨ ਕੀਤਾ ਜਾਏ ਤਾਂ ਉਸਦਾ ਅਰਥ ਹੋ ਜਾਂਦਾ ਹੈ ਹੋਰ, ਵੀ ਪਰਮੇਸ਼ਰ ਵਾਹਿਗੁਰੂ ਹੋਰ ਥਾਵੇਂ ਪ੍ਰਕਾਸ਼ਮਾਨ ਹੈ ਜਾਂ ਖਿੜਿਆ ਹੋਇਆ। ਅਨੰਤ ਦਾ ਅਰਥ ਹੁੰਦਾ ਹੈ ਬੇਅੰਤ ਤਰੀਕਿਆਂ ਦੇ ਨਾਲ, ਕਾਊਂਟਲੈਸ, ਜਿਹਦੀ ਗਿਣਤੀ ਨਾ ਹੋ ਸਕੇ, ਇੰਨੀ ਭਿੰਨਤਾ ਵਿੱਚ ਉਹ ਖਿੜਿਆ ਹੋਇਆ ਸਾਰੀ ਕੁਦਰਤ ਅੰਦਰ। ਸਾਹਿਬ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੇ ਇਵੇਂ ਕੋਈ ਵੀ ਸ਼ਬਦ ਭਾਵੇਂ ਉਹਨਾਂ ਦਾ ਅੱਖਰ ਉਹੀ ਹੋਣਗੇ, ਪਰ ਜਦੋਂ ਅਸੀਂ ਉਸ ਦੇ ਉਚਾਰਨ ਵਿੱਚ ਥੋੜ੍ਹਾ ਫਰਕ ਪਾਵਾਂਗੇ ਤਾਂ ਉਸ ਦੇ ਅਰਥਾਂ ਦਾ ਫਰਕ ਪੈ ਜਾਏਗਾ। ਨਹੀਂ ਤਾਂ ਕਈ ਵਾਰ ਉਹਨਾਂ ਅੱਖਰਾਂ ਨੂੰ ਉਸੇ ਢੰਗ ਨਾਲ ਹੀ ਇੱਕੇ ਤਰੀਕੇ ਨਾਲ ਬੋਲਣ ਦਾ ਸਦਕਾ ਕਈ ਵਾਰ ਪ੍ਰਕਰਨ ਨਿਸ਼ੇਧ ਉਹਨੂੰ ਵਿਦਵਾਨ ਕਹਿੰਦੇ ਨੇ, ਵੀ ਪ੍ਰਕਰਨ ਜਿਹੜਾ ਹੈ ਉਹ ਭੰਗ ਹੋ ਜਾਂਦਾ, ਉਹਦੇ ਅਰਥ ਬਦਲ ਜਾਂਦੇ। ਯਥਾ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਦੋ ਸ਼ਬਦ ਪੜ੍ਹਦੇ ਹਾਂ, ਸਿਰ ਉੱਪਰ ਠਾਡਾ ਗੁਰਸੂਰਾ, ਠਾਡਾ ਦਾ ਅਰਥ ਹੈ ਖੜਾ ਹੋਇਆ, ਗੁਰੂ ਸੂਰਮਾ ਮੇਰੇ ਸਿਰ ਉੱਤੇ ਖੜਾ ਹੈ, ਭਾਵ ਮੇਰਾ ਰਾਖਾ ਬਣਿਆ ਹੋਇਆ। ਤਪਤ ਮਾਹੇ ਠਾਂਡ ਵਰਤਾਈ, ਗਰਮੈਸ਼ ਦੇ ਵਿੱਚ, ਤਪਸ਼ ਦੇ ਵਿੱਚ, ਭਾਵ ਅੰਦਰ ਸੜਿਆਂਦ ਹੈ, ਵਾਹਿਗੁਰੂ ਨੇ ਮਿਹਰ ਕੀਤੀ ਠੰਡ ਵਰਤਾ ਦਿੱਤੀ। ਹੁਣ ਠਾਡਾ ਅਤੇ ਠਾਂਡ ਜੇ ਕੇਵਲ ਇੱਕ ਬਿੰਦੇ ਮਾਤਰ ਦਾ ਫਰਕ ਹਟਾ ਦਿੱਤਾ ਜਾਏ ਤਾਂ ਦੋਨਾਂ ਦੇ ਪ੍ਰਕਰਣ ਰਲ ਜਾਣਗੇ। ਸਿਰ ਉੱਪਰ ਠੰਡਾ ਗੁਰਸੂਰਾ ਜੇ ਆਖੋਗੇ ਤਾਂ ਗੁਰੂ ਠੰਡਾ ਹੈ ਅਤੇ ਮੇਰੇ ਸਿਰ ਉੱਤੇ ਹੈ, ਇਹ ਕੋਈ ਅਰਥ ਨਹੀਂ ਬਣਦਾ। ਯਾਨੀ ਇੰਨੀ ਸਹਿਜਤਾ ਦੇ ਨਾਲ ਕਈ ਵਾਰ ਸਾਨੂੰ ਬਾਣੀ ਦੇ ਕਿਸੇ ਵੀ ਅੱਖਰ ਨੂੰ ਜਾਂ ਕਿਸੇ ਵੀ ਸ਼ਬਦ ਨੂੰ ਧਿਆਨ ਗੋਚਰਾ ਰੱਖਣਾ ਪੈਂਦਾ ਹੈ। ਸੋ ਖੈਰ ਇੱਥੇ ਅਰਥ ਹੈ ਅਨੰਤ ਪਾਏ। ਅਨੇਕ ਤਰੀਕਿਆਂ ਦੇ ਨਾਲ, ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ, ਅਨੇਕ ਤਰੀਕਿਆਂ ਦੇ ਨਾਲ, ਅਨੇਕ ਵਿਧੀਆਂ ਦੇ ਨਾਲ ਉਹ ਪਰਮੇਸ਼ਰ ਵਾਹਿਗੁਰੂ ਵਿਗਾਸ ਦੇ ਵਿੱਚ ਹੈ, ਮੌਲਿਆ ਹੋਇਆ, ਖਿੜਿਆ ਹੋਇਆ, ਵਰਤ ਰਿਹਾ ਹੈ। ਕੌਣ? ਰਾਜਾ ਰਾਮ। ਕਬੀਰ ਜੀ ਮਹਾਰਾਜ ਦਾ ਇਹ ਬੜਾ ਪਸੰਦੀਦਾ ਸ਼ਬਦ ਹੈ, ਜਿਵੇਂ ਨਾਮਦੇਵ ਸਾਹਿਬ ਬੀਠਲ ਸ਼ਬਦ ਬੜੀ ਵਾਰ ਵਰਤਣਗੇ।
ਕਬੀਰ ਜੀ ਮਹਾਰਾਜ ਰਾਜਾ ਰਾਮ ਸ਼ਬਦ ਜਾਂ ਰਾਮ ਸ਼ਬਦ ਬਹੁਤ ਵਰਤਦੇ ਨੇ ਆਪਣੀ ਬਾਣੀ ਅੰਦਰ, ਪਰ ਉਹਨਾਂ ਦੀ ਬਾਣੀ ਵਿੱਚ ਇਹ ਸ਼ਬਦ ਦੀ ਜਿੱਥੇ ਬਹੁਤਾਤ ਹੈ ਵੀ ਰਾਮ ਸ਼ਬਦ ਆ ਗਿਆ, ਰਾਮ ਰਾਏ ਆ ਗਿਆ, ਰਾਜਾ ਰਾਮ ਆ ਗਿਆ, ਉੱਥੇ ਉਹਨਾਂ ਨੇ ਫਿਰ ਇਹਦੀ ਡੈਫੀਨੇਸ਼ਨ ਵੀ ਦਰਜ ਕੀਤੀ ਹੈ ਵੀ ਮਤਾ ਕੋਈ ਮੇਰੇ ਮੁੱਖ ਤੋਂ ਵਾਰ ਵਾਰ ਇਹ ਸ਼ਬਦ ਸੁਣ ਕੇ ਉਸ ਨੂੰ ਪ੍ਰਚਲਿਤ ਅਰਥਾਂ ਵਿੱਚ ਲੈ ਲਵੇ ਜਾਂ ਇਹ ਸਮਝ ਲਵੇ ਵੀ ਰਾਮਾਇਣ ਨਾਇਕ ਦਸ਼ਰਥ ਨੰਦਨ ਰਾਵਣ ਵੱਧ ਕਰਨ ਵਾਲੇ ਉਸ ਨਾਇਕ ਨੂੰ ਹੀ ਮੈਂ ਧਿਆਉਣ ਵਾਲਾ ਜਾਂ ਮੈਂ ਕੇਵਲ ਇੱਕ ਅਵਤਾਰ ਦੀ ਪੂਜਾ ਕਰਨ ਵਾਲਾ ਜਿਵੇਂ ਭਾਰਤੀ ਪਰੰਪਰਾ ਚੱਲ ਰਹੀ ਹੈ। ਤਾਂ ਇਹ ਸਲੋਕ ਮੈਂ ਅੱਗੇ ਵੀ ਕਈ ਵਾਰ ਸਾਂਝੇ ਕੀਤੇ ਨੇ ਤਾਂ ਕਿ ਪ੍ਰਕਰਨ ਮੁਤਾਬਕ ਸਾਨੂੰ ਇਸ ਗੱਲ ਦੀ ਸਮਝ ਰਹੇ ਵੀ ਕਬੀਰ ਜੀ ਦਾ ਰਾਮ ਕਹਿਣ ਤੋਂ ਜਾਂ ਰਾਜਾ ਰਾਮ ਕਹਿਣ ਤੋਂ ਕੀ ਭਾਵ ਹੈ। ਤਾਂ ਉਹ ਫਰਮਾਉਂਦੇ ਨੇ ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭੈ ਕਹੈਂ ਸੋਈ ਕੌਤਕਾਰ। ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੇ ਵਿਵੇਕ ਏਕ ਅਨੇਕੈ ਮਿਲ ਗਿਆ ਏਕ ਸਮਾਨਾ ਏਕ। ਇੱਕ ਸਰੀਰ ਤੱਕ ਸੀਮਤ ਹੈ ਇੱਕ ਸਰਵ ਵਿਆਪੀ ਹੈ। ਇਸ ਵਾਸਤੇ ਉਹ ਸਰਵ ਵਿਆਪੀ ਦੀ ਗੱਲ ਕਰਦੇ ਨੇ ਜਿਵੇਂ ਇਹ ਸ਼ਬਦ ਵਿੱਚ ਵੀ ਆਪਾਂ ਪੜ੍ਹਾਂਗੇ ਕਿ ਕਬੀਰ ਜੀ ਮਹਾਰਾਜ ਦਾ ਰਾਮ ਕਿੱਥੇ ਰਹਿੰਦਾ ਹੈ ਕਿੱਥੇ ਵੱਸਦਾ ਹੈ। ਅਤੇ ਰਾਜਾ ਉਹ ਇਸ ਕਰਕੇ ਹੈ ਵੀ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਕੁੱਲ ਕਾਇਨਾਤ ਉਹਦੇ ਉੱਤੇ ਉਹਦਾ ਹੁਕਮ ਨਾਜ਼ਲ ਹੈ ਵਰਤ ਰਿਹਾ ਹੈ। ਇੱਕ ਖਿੱਤੇ ਦੇ ਰਾਜੇ ਹੋਣਾ ਅਤੇ ਕੁੱਲ ਕਾਇਨਾਤ ਦੇ ਮਾਲਕ ਹੋਣ ਵਿੱਚ ਬੜਾ ਅੰਤਰ ਹੈ। ਇੱਕ ਖਿੱਤੇ ਦਾ ਮਾਲਕ ਆਪਣੀ ਉਮਰ ਹੰਢਾਉਂਦਾ ਹੈ ਅਤੇ ਤੁਰ ਜਾਂਦਾ ਹੈ, ਮਗਰੋਂ ਦੂਜਾ ਮਾਲਕ ਆ ਜਾਂਦਾ ਹੈ, ਤੀਜਾ ਆ ਜਾਂਦਾ ਹੈ, ਪੁਰਾਣਿਆਂ ਨੂੰ ਲੋਕ ਭੁੱਲ ਜਾਂਦੇ ਨੇ। ਫਿਰ ਇੱਕ ਖਿੱਤੇ ਦੇ ਉੱਤੇ ਰਾਜ ਕਰਨ ਵਾਲਾ, ਹੁਕਮ ਚਲਾਉਣ ਵਾਲਾ ਪੂਰੀ ਤਰ੍ਹਾਂ ਲੋਕਾਂ ਦੇ ਦਿਲ ਔਰ ਦਿਮਾਗ ਉੱਤੇ ਹਾਵੀ ਨਹੀਂ ਹੁੰਦਾ, ਉਹਦੀ ਹੁਕਮ ਵੀ ਸਮਾਂ ਪਾ ਕੇ ਬਦਲ ਜਾਂਦੇ ਨੇ ਉਹਦੇ ਬਦਲਣ ਦੇ ਨਾਲ। ਪਰ ਪਰਮੇਸ਼ੁਰ ਵਾਹਿਗੁਰੂ ਦਾ ਹੁਕਮ ਜਿਹੋ ਜਿਹਾ ਹੈ ਤਾਂ ਐਸਾ ਹੀ ਰਹਿੰਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਸੁਖਬੀਰ ਜੀ ਮਹਾਰਾਜ ਕਹਿੰਦੇ ਨੇ ਜੋ ਸਾਰੀ ਕੁੱਲ ਕੁਦਰਤ ਉੱਤੇ ਕਾਇਨਾਤ ਉੱਤੇ ਜਿਸ ਦਾ ਹੁਕਮ ਚੱਲਦਾ ਹੈ ਔਰ ਜੋ ਸਰਵ ਵਿਆਪਕ ਹੈ ਅਨੇਕ ਭਾਂਤ ਦੇ ਨਾਲ ਉਹ ਕੁੱਲ ਕਾਇਨਾਤ ਦੇ ਵਿੱਚ ਵਸਿਆ ਹੋਇਆ ਹੈ, ਖਿੜਿਆ ਹੋਇਆ ਹੈ ਔਰ ਉਹਦੀ ਆਤਮਾ ਦਾ ਪ੍ਰਕਾਸ਼ ਹੋ ਰਿਹਾ ਹੈ। ਜਹਾਂ ਦੇਖੋ ਤਾਂ ਰਹਿ ਸਮਾਏ, ਮੈਂ ਜਿੱਧਰ ਵੀ ਮਹਿਸੂਸ ਕਰਦਾ, ਇੱਥੇ ਦੇਖਣ ਦਾ ਅਰਥ ਹੈ ਅਨੁਭਵ ਕਰਨਾ, ਮਹਿਸੂਸ ਕਰਨਾ, ਮੈਂ ਜਿੱਧਰ ਵੀ ਵੇਖਦਾ ਮਹਿਸੂਸ ਕਰਦਾ ਉਹ ਉੱਥੇ ਹੀ ਉੱਥੇ ਸਮਾਇਆ ਹੋਇਆ, ਭਾਵ ਉਸ ਤੋਂ ਵਾਂਝੀ ਉਸ ਤੋਂ ਖਾਲੀ ਕੋਈ ਜਗ੍ਹਾ ਨਹੀਂ, ਉਹ ਹਰ ਜਗ੍ਹਾ 'ਤੇ ਹੈ, ਹਰ ਥਾਂ 'ਤੇ ਹੈ, ਹਰ ਕਣ ਵਿੱਚ ਮੌਜੂਦ ਹੈ। ਜਿਵੇਂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਬਾਨ ਤੇਣ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦਹ ਦਿਸ਼ੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾ। ਉਸ ਤੋਂ ਵੱਖਰੀ ਕੋਈ ਜਗ੍ਹਾ ਨਹੀਂ ਵੀ ਉਸ ਤੋਂ ਖਾਲੀ ਹੋਵੇ। ਉਸ ਨੂੰ ਨਿਰੰਤਰ ਸ਼ਬਦ ਵੀ ਬਾਣੀ 'ਚ ਕਿਹਾ ਗਿਆ, ਕੰਟੀਨਿਊ ਲਗਾਤਾਰ ਇੱਕੋ ਜਿਹਾ ਇੱਕ ਰਸ ਜਿਹੜਾ ਹਰ ਜਗ੍ਹਾ ਦੇ ਉੱਤੇ ਇੱਕੋ ਜਿਹਾ, ਕਿਸੇ 'ਚ ਥੋੜ੍ਹਾ ਨਹੀਂ ਕਿਸੇ 'ਚ ਬਹੁਤਾ ਨਹੀਂ। ਇਹ ਨਹੀਂ ਕਹਿ ਸਕਦੇ ਵੀ ਉਹਦੇ 'ਚ ਰੱਬ ਜ਼ਿਆਦਾ ਅਤੇ ਉਹਦੇ 'ਚ ਘੱਟ ਹੈ, ਉਹਦੇ 'ਚ ਉਹਦਾ ਆਤਮਾ ਥੋੜ੍ਹਾ ਕੰਮ ਕਰ ਰਿਹਾ ਦੂਜੇ ਜ਼ਿਆਦਾ ਕਰ ਰਿਹਾ। ਜਦੋਂ ਉਹਨੂੰ ਇੱਕ ਰਸ ਜਾਂ ਨਿਰੰਤਰ ਕਿਹਾ ਗਿਆ, ਘੱਟ ਘੱਟੇ ਅੰਤਰ ਸਰਬ ਨਿਰੰਤਰ, ਤਾਂ ਉਸਦਾ ਮਤਲਬ ਹੈ ਵੀ ਵਿੱਥ ਤੋਂ ਰਹਿਤ ਹੈ, ਅੰਤਰ ਤੋਂ ਰਹਿਤ ਹੈ, ਭੇਦ ਤੋਂ ਰਹਿਤ ਹੈ, ਇੱਕੋ ਜਿਹਾ।
ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਪੜ੍ਹਦੇ ਹਾਂ ਵੀ ਰੱਬ ਸਭਨਾਂ ਵਿੱਚ ਹੈ, ਬਹੁਤ ਅਸੀਂ ਸ਼ਬਦ ਪ੍ਰਮਾਣ ਸਹਿਤ ਗੁਰਬਾਣੀ ਵਿੱਚੋਂ ਦ੍ਰਿਸ਼ਟੀਗੋਚਰ ਕਰਦੇ, ਸਾਹਮਣੇ ਰੱਖਦੇ ਹਾਂ, ਪਰ ਜਿੱਥੇ ਜਿੱਥੇ ਮਹਾਰਾਜ ਨੇ ਕਹਿਣਾ ਪਰਮੇਸ਼ੁਰ ਸਾਰਿਆਂ 'ਚ ਹੈ, ਉੱਥੇ ਨਾਲ ਇੱਕ ਨੁਕਤਾ ਹੋਰ ਵੀ ਕਿਹਾ ਵੀ ਸਾਰੇ ਹੀ ਪਰਮੇਸ਼ੁਰ ਵਿੱਚ। ਇਹ ਬੜਾ ਅਹਿਮ ਖਿਆਲ ਹੈ ਗੁਰੂ ਗ੍ਰੰਥ ਸਾਹਿਬ ਦਾ। ਜਿਵੇਂ ਹਜ਼ੂਰ ਕਹਿੰਦੇ ਨੇ ਤੂੰ ਦਰੀਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤਲ ਹਾਂ। ਹੁਣ ਉਹਨੂੰ ਦਰਿਆ ਕਿਹਾ ਅਤੇ ਖੁਦ ਨੂੰ ਮਛਲੀ ਕਿਹਾ। ਮੱਛੀ ਪਾਣੀ ਦੇ ਵਿੱਚ ਪੈਦਾ ਹੁੰਦੀ ਹੈ, ਪਾਣੀ ਉਹਦਾ ਸੰਸਾਰ ਹੈ, ਪਾਣੀ ਉਹਦੇ ਅੰਦਰ ਬਾਹਰ ਹਰ ਜਗ੍ਹਾ 'ਤੇ ਚਾਰ ਛਵੇਰੇ ਪਾਣੀ ਹੈ। ਜਾਂ ਜਾਂ ਦੇਖਾਂ ਤਾਂ ਤਾਂ ਤੂੰ ਹੈ, ਤੁਝ 'ਤੇ ਨਿਕਸੀ ਫੂਟ ਮਰਾਂ। ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਖਾਲਕ ਖਲਕ ਮੈਂ, ਪਰ ਅਗਲਾ ਬਚਨ ਹੈ ਖਲਕ ਵਸੈ ਰੱਬ ਮਾਏ। ਖਲਕਤ ਰੱਬ ਵਿੱਚ ਨਿਵਾਸ ਕਰਦੀ ਹੈ, ਇਕੱਲਾ ਰੱਬ ਹੀ ਖਲਕਤ 'ਚ ਨਿਵਾਸ ਨਹੀਂ ਕਰਦਾ, ਖਲਕਤ ਵੀ ਰੱਬ ਵਿੱਚ ਨਿਵਾਸ ਕਰਦੀ ਹੈ। ਜਾਨੀ ਅਸੀਂ ਸਾਰੀ ਰੱਬ ਰੂਪੀ ਦਰਿਆ ਵਿੱਚ ਹਾਂ, ਮੱਛੀ ਦੀ ਤਰ੍ਹਾਂ। ਇਕੱਲਾ ਰੱਬ ਹੀ ਸਾਡੇ 'ਚ ਨਹੀਂ, ਅਸੀਂ ਵੀ ਰੱਬ 'ਚ ਹਾਂ। ਓਤ ਪੋਤ, ਇਹਨੂੰ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਓਤ ਪੋਤ ਪ੍ਰਭ ਸੋਈ, ਵੀ ਤਾਣੇ ਪੇਟੇ ਵਾਂਗ ਐਨ ਵਲਿਆ ਉਲਝਿਆ ਹੋਇਆ ਰਸਿਆ ਹੋਇਆ। ਜਦੋਂ ਓਤ ਪੋਤ ਸ਼ਬਦ ਆਉਂਦਾ ਇਹਦਾ ਮਤਲਬ ਹੁੰਦਾ ਵੀ ਇੱਕ ਨੂੰ ਜਦੋਂ ਦੂਜੀ ਤੋਂ ਵੱਖ ਨਾ ਕੀਤਾ ਜਾ ਸਕੇ, ਉਹਨੂੰ ਵੱਖਰਾ ਤੇ ਇਹਨੂੰ ਵੱਖਰਾ ਨਾ ਕੀਤਾ ਜਾ ਸਕੇ, ਉਹਨੂੰ ਓਤ ਪੋਤ ਸ਼ਬਦ ਨਾਲ ਬਿਆਨ ਕੀਤਾ ਜਾਂਦਾ ਵੀ ਤਾਣੇ ਪੇਟੇ ਵਾਂਗ ਇੱਕ ਦੂਜੇ 'ਚ ਉਲਝਿਆ ਰਸਿਆ ਰਚਿਆ ਮਿਚਿਆ ਇੱਕ ਸੁਰ ਹੋਇਆ। ਵੀ ਜੀਵ ਨੂੰ ਅਤੇ ਬ੍ਰਹਮ ਨੂੰ ਅੱਡ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ। ਭਾਰਤੀ ਪਰੰਪਰਾ ਵਿੱਚ ਦੋ ਫਿਲਾਸਫੀਆਂ ਨੇ, ਛੇ ਸ਼ਾਸਤਰਾਂ ਵਿੱਚ ਚੱਲਦੀਆਂ ਨੇ, ਇੱਕ ਅਦਵੈਤ ਅਤੇ ਇੱਕ ਅਦਵੈਤ। ਅਦਵੈਤ ਕਹਿੰਦਾ ਸ਼ੰਕਰਾਚਾਰੀਆ ਵੀ ਜੀਵ ਹੀ ਬ੍ਰਹਮ ਹੈ, ਅਤੇ ਅਦਵੈਤ ਕਹਿੰਦਾ ਉਹ ਇੱਕ ਤਾਂ ਕਹਿੰਦਾ ਵੀ ਬ੍ਰਹਮ ਹੀ ਬ੍ਰਹਮ ਹੈ, ਉਹ ਜੀਵ ਦੀ ਹੋਂਦ ਨੂੰ ਮਾਈਨਸ ਕਰ। ਦੂਜਾ ਕਹਿੰਦਾ ਵੀ ਜੀਵ ਹੀ ਸਭੋ ਕੁਝ ਹੈ। ਗੁਰਮਤ ਦੋਨਾਂ ਦਾ ਬੈਲੈਂਸ ਰੱਖਦੀ ਹੈ ਵੀ ਜੀਵ ਦੀ ਉਤਪਤੀ ਬ੍ਰਹਮ ਵਿੱਚੋਂ ਹੁੰਦੀ ਹੈ, ਪਰ ਆਪਣੀ ਹੋਂ ਕਰਕੇ ਜੀਵ ਉਸ ਬ੍ਰਹਮ ਨੂੰ ਭੁੱਲ ਜਾਂਦਾ ਹੈ। ਪਰ ਆਪਣੀ ਸਵੈ ਚਿੰਤਨ ਜਾਂ ਵਿਵੇਕ ਦੇ ਨਾਲ ਉਹ ਆਪਣੇ ਅੰਦਰੋਂ ਬ੍ਰਹਮ ਨੂੰ ਖੋਜ ਸਕਦਾ ਹੈ। ਦੋਨੋਂ ਇੱਕ ਸੁਰ ਰਚੇ ਮਿਚੇ। ਤੋ ਰੰਭ ਦੇ ਵਾਕ ਵਿੱਚ ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਮੌਲੀ ਧਰਤੀ ਮੌਲਿਆ ਆਕਾਸ਼। ਕਹਿੰਦੇ ਨੇ ਇਸ ਧਰਤੀ ਵਿੱਚ ਜਿਹੜਾ ਵਿਗਾਸ ਹੈ, ਆਕਾਸ਼ ਵਿੱਚ ਜਿਹੜਾ ਖੇੜਾ ਹੈ, ਭਾਵੇਂ ਜੇ ਟਹਿਕ ਰਹੇ ਨੇ, ਖਿੜੇ ਹੋਏ ਨੇ, ਜੀਵਤ ਨੇ, ਚਲੰਤ ਨੇ, ਕਿਰਿਆਸ਼ੀਲ ਨੇ, ਤਾਂ ਉਹ ਪਰਮੇਸ਼ੁਰ ਵਾਹਿਗੁਰੂ ਦੇ ਆਪੇ ਕਰਕੇ, ਉਹਦੇ ਵਜੂਦ ਕਰਕੇ, ਉਹਦੀ ਹੋਂਦ ਕਰਕੇ, ਉਹਦੀ ਜੋਤ ਕਰਕੇ। ਅਸੀਂ ਆਮ ਤੌਰ ਦੇ ਉੱਤੇ ਮਿੱਟੀ ਨੂੰ ਜੜ ਪਦਾਰਥ ਕਹਿੰਦੇ ਹਾਂ, ਪਰ ਮਿੱਟੀ ਜਦੋਂ ਬੀਜ ਪੈਂਦਾ ਤਾਂ ਪ੍ਰਫੁੱਲਤ ਹੋ ਜਾਂਦਾ। ਇਹਦੇ ਵਿੱਚ ਵੀ ਜੀਵਨ ਧਾਰਾ ਪਰਮੇਸ਼ੁਰ ਨੇ ਰੱਖੀ ਹੈ, ਇਹਦੇ ਵਿੱਚ ਵੀ ਆਤਮਾ ਦਾ ਪ੍ਰਕਾਸ਼ ਰੱਖਿਆ, ਇਹਦੇ ਵਿੱਚ ਵੀ ਜੋਤ ਵਸੀ ਹੈ। ਇਸ ਕਰਕੇ ਧਰਤੀ ਨੂੰ ਵੀ ਮੌਲਣ ਦੀ ਕਿਰਿਆ 'ਚ ਲਿਖਿਆ, ਆਕਾਸ਼ ਨੂੰ ਵੀ, ਕਿਉਂਕਿ ਗਰਦਿਸ਼ ਹੈ ਸਪੇਸ ਵਿੱਚ ਸਾਰੇ ਪਾਸੇ, ਉਹਨੂੰ ਵੀ ਮੌਲਣਾ ਵਿਗਾਸ ਵਿੱਚ ਕਿਰਿਆ ਦੇ ਵਿੱਚ ਖੇੜੇ ਦੇ ਵਿੱਚ ਲਿਖਿਆ ਕਬੀਰ ਜੀ ਮਹਾਰਾਜ ਨੇ। ਫਿਰ ਕਹਿੰਦੇ ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਘੱਟ ਸ਼ਬਦ ਦੇ ਤਿੰਨ ਅਰਥ ਨੇ ਗੁਰੂ ਗ੍ਰੰਥ ਸਾਹਿਬ 'ਚ। ਘੱਟ ਦਾ ਅਰਥ ਘੜਾ,
ਘਟ ਦਾ ਅਰਥ ਹਿਰਦਾ, ਘਟ ਦਾ ਅਰਥ ਸਰੀਰ, ਸਰੀਰ ਨੂੰ ਵੀ ਘਟ ਲਿਖਿਆ, ਹਿਰਦੇ ਨੂੰ ਵੀ ਘਟ ਲਿਖਿਆ। ਤੋ ਹਜ਼ੂਰ ਮਹਾਰਾਜ ਕਹਿੰਦੇ ਨੇ ਵੀ ਹਰ ਇੱਕ ਸਰੀਰ ਵਿੱਚ ਭਾਵ ਜੋ ਵੀ ਸਟਰੈਕਚਰ ਹੈ, ਭਾਵੇਂ ਉਹ ਕਿਸੇ ਮਨੁੱਖ ਦਾ ਹੈ, ਭਾਵੇਂ ਪਸ਼ੂ ਦਾ ਹੈ, ਭਾਵੇਂ ਰੁੱਖ ਹੈ, ਬਨਸਪਤੀ, ਜੋ ਵੀ, ਇਹ ਸਾਰੇ ਹੀ ਇੱਕ ਤਰ੍ਹਾਂ ਦੇ ਜੀਵ ਨੇ, ਸਟਰੈਕਚਰ ਨੇ, ਫਿਰ ਸਾਰੇ ਦੇ ਸਾਰੇ, ਹਰ ਕਿਸਮ ਦੇ ਸਟਰੈਕਚਰ ਵਿੱਚ, ਹਰ ਕਿਸਮ ਦੀ ਦੇਹੀ ਵਿੱਚ, ਹਰ ਕਿਸਮ ਦੇ ਸਰੀਰ ਵਿੱਚ ਉਹਦੀ ਆਤਮਾ ਦਾ ਪ੍ਰਕਾਸ਼ ਹੈ, ਉਹਦੀ ਆਤਮਾ ਦਾ ਪ੍ਰਤੀਬਿੰਬ ਹੈ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਜਿਉਂ ਜਲ ਘਟਾਊ ਚੰਦਰਮਾ, ਘਟਾਊ ਉਹਨਾਂ ਘੜੇ ਵਾਸਤੇ ਵਰਤਿਆ, ਕਹਿੰਦੇ ਤੁਸੀਂ ਪਾਣੀ ਦੇ ਘੜੇ ਭਰ ਕੇ ਰੱਖ ਦਿਓ, ਰਾਤ ਦਾ ਸਮਾਂ ਆਕਾਸ਼ ਦੇ ਵਿੱਚ ਇੱਕ ਚੰਦਰਮਾ ਤੁਹਾਨੂੰ ਵਿਖਾਈ ਦਿੰਦਾ, ਤੁਸੀਂ ਸੈਂਕੜੇ ਘੜੇ ਭਰ ਕੇ ਰੱਖੇ ਨੇ, ਹਰ ਘੜੇ ਦੇ ਵਿੱਚ ਉਸ ਇੱਕ ਚੰਦਰਮਾ ਦਾ ਅਕਸ਼ ਤੁਹਾਨੂੰ ਵਿਖਾਈ ਦਏਗਾ, ਜਾਨੀ ਉਹ ਏਕ ਹੀ ਏਕ ਅਨੇਕ ਹੋਏ ਬਿਸਥਰਿਓ ਆਨ ਰਿਆਨ ਭਰਪੂਰ ਸੋ। ਸਰੀਰ ਅਣਗਿਣਤ ਨੇ, ਜੀਵਾਂ ਦੇ ਸਟਰੈਕਚਰ ਅਣਗਿਣਤ ਨੇ, ਪਰ ਉਹ ਇੱਕ ਹੈ, ਉਹ ਇੱਕ ਹੁੰਦਿਆਂ ਹੋਇਆਂ ਵੀ ਅਨੇਕ ਰੂਪ ਦੇ ਵਿੱਚ ਸਭਨਾਂ ਦੇ ਵਿੱਚ ਵਿਆਪਕ, ਏਕ ਹੀ ਏਕ ਅਨੇਕ ਹੋਏ ਬਿਸਤਰੇ ਆਂਦਰਿਆਨ ਭਰਪੂਰ ਸੋ। ਫਿਰ ਫਰਮਾਉਂਦੇ ਨੇ ਦੁਤੀਆ ਮੌਲੇ ਚਾਰ ਵੇਦ ਸਿਮਰਤ ਮੌਲੀ ਸਿਉਂ ਕਤੇਬ। ਕਬੀਰ ਜੀ ਮਹਾਰਾਜ ਦੇ ਸਾਹਮਣੇ, ਕਿਉਂਕਿ ਉਹ ਕਾਂਸ਼ੀ ਦੇ ਰਹਿਣ ਵਾਲੇ ਸਨ, ਜਿੱਥੇ ਚਾਰ ਵੇਦਾਂ ਦੀ ਤਾਲੀਮ ਸਿੱਖਿਆ, ਦੂਰ ਦੂਰ ਤੋਂ ਆਉਣ ਵਾਲੇ ਲੋਕ, ਸਿੱਖਿਆਰਥੀ, ਜਿਗਿਆਸੂ, ਬੜੇ ਨਿਪੁੰਨ ਗੁੜੇ ਹੋਏ ਵਿਦਵਾਨ ਪੰਡਤਾਂ ਦੇ ਕੋਲੋਂ ਗ੍ਰਹਿਣ ਕਰਦੇ ਸਨ। ਸੱਤ ਪਵਿੱਤਰ ਨਗਰੀਆਂ ਦੇ ਵਿੱਚੋਂ ਇੱਕ ਨਗਰੀ ਕਾਂਸ਼ੀ ਹੈ, ਜਿੱਥੇ ਸਦੀਆਂ ਤੋਂ ਵੇਦ ਵਿਚਾਰਧਾਰਾ, ਪੁਰਾਣਕ ਕਥਾਵਾਂ ਦਾ, ਸਿਮਰਤੀਆਂ ਅਤੇ ਸ਼ਾਸਤਰਾਂ ਦਾ ਅਧਿਐਨ ਕਰਨ ਦਾ ਗੜ੍ਹ ਮੰਨਿਆ ਜਾਂਦਾ। ਕਬੀਰ ਜੀ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਵੇਦ ਸਰਵੋਤਮ ਹਨ, ਉਹਨਾਂ ਕਿਹਾ ਨਹੀਂ, ਸਰਵ ਵਿਆਪੀ ਪਰਮੇਸ਼ਰ ਸਰਵੋਤਮ ਹੈ, ਉਹਦੀ ਰਚਨਾ ਵਿੱਚ, ਕੁਦਰਤ ਵਿੱਚ, ਉਹਦੇ ਸਿਰਜੇ ਸੰਸਾਰ ਵਿੱਚ ਚਾਰ ਵੇਦ ਲਿਖੇ ਗਏ। ਚਾਰ ਵੇਦਾਂ ਨੇ ਬ੍ਰਹਮ ਨੂੰ ਪੈਦਾ ਨਹੀਂ ਕੀਤਾ, ਬ੍ਰਹਮ ਦੀ ਇਸ ਕੁਦਰਤ ਵਿੱਚ ਜੀਵਾਂ ਨੇ ਚਾਰ ਵੇਦ ਲਿਖੇ, ਦੋਨਾਂ ਦਾ ਦਰਜਾ ਮਿਥਣ ਦਾ ਤਰੀਕਾ ਅੱਡ ਅੱਡ ਹੈ। ਇੱਕ ਕਹਿੰਦਾ ਵੀ ਸ਼ੰਕਰ ਹੀ ਭਗਵਾਨ ਹੈ, ਪਰ ਗੁਰਬਾਣੀ ਕਹਿੰਦੀ ਹੈ ਨਹੀਂ, ਉਸ ਭਗਵਾਨ ਦੀ ਰਚੀ ਹੋਈ ਸਿਰਜਣਾ ਦੇ ਵਿੱਚ ਸ਼ੰਕਰ, ਇੱਥੋਂ ਤੱਕ ਲਿਖੇ ਕੋਟ ਬ੍ਰਹਮੇ ਜਗ ਸਾਜਣ ਲਾਏ, ਇੱਕ ਨਹੀਂ, ਦੋ ਨਹੀਂ, ਕਰੋੜਾਂ ਹੀ ਬ੍ਰਹਮੇ ਨੇ ਇੱਥੇ ਜਗਤ ਵਿੱਚ, ਹੋਰੇ ਕਿੰਨੇ ਕੁ ਨੇ, ਤੁਸੀਂ ਇੱਕ ਦੀ ਗੱਲ ਕਰਦੇ ਹੋ। ਇਸ ਤੋਂ ਪਹਿਲਾਂ ਆਪਾਂ ਸ਼ਬਦ ਪੜ੍ਹਿਆ ਰਾਗ ਭੈਰੋ ਦਾ, ਅਸ਼ਟਪਦੀ ਕਬੀਰ ਜੀ ਮਹਾਰਾਜ ਦੀ, ਜਿਹਦੇ ਵਿੱਚ ਉਹਨਾਂ ਨੇ ਕੋਟ 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 ਸ਼ਬਦ ਦੀ ਵਰਤੋਂ ਹੀ ਸਾਰੇ ਦੇਵੀ ਦੇਵਤਿਆਂ ਨਾਲ ਕੀਤੀ ਹੈ, ਕਰੋੜਾਂ ਹੀ ਇੰਦਰ ਨੇ, ਕਰੋੜਾਂ ਹੀ ਰਾਮ ਨੇ, ਕਰੋੜਾਂ ਹੀ ਕ੍ਰਿਸ਼ਨ ਨੇ, ਕਰੋੜਾਂ ਹੀ ਦੇਵੀਆਂ ਨੇ, ਕਰੋੜਾਂ ਹੀ ਧਰਮ ਗ੍ਰੰਥ ਨੇ, ਉਹਨਾਂ ਨੇ ਕੋਟ ਕੋਟ ਸ਼ਬਦ ਸਾਰਿਆਂ ਨਾਲ ਵਰਤਦਿਆਂ, ਇੱਕ ਨਹੀਂ, ਦੋ ਨਹੀਂ, ਕਰੋੜਾਂ ਹੀ ਨੇ। ਸਰਵੋਤਮ ਉਹ ਪਰਮੇਸ਼ਰ ਦੀ ਹਸਤੀ ਹੈ, ਇਸ ਕਰਕੇ ਉਹ ਕਹਿੰਦੇ ਨੇ ਦੁਤੀਆ ਮੌਲੇ ਚਾਰ ਵੇਦ। ਹੁਣ ਕਹਿੰਦੇ ਨੇ ਦੂਜੀ ਗੱਲ, ਚਾਰ ਵੇਦ ਮੌਲੇ, ਮੌਲੇ ਦਾ ਮਤਲਬ ਹੁੰਦਾ ਹੈ ਵੀ ਖੇੜੇ 'ਚ ਆਏ, ਵਜੂਦ ਵਿੱਚ ਆਏ, ਜਹੂਰ ਵਿੱਚ ਆਏ, ਸਿਰਜੇ ਗਏ, ਉਸ ਪਰਮੇਸ਼ਰ ਦੀ ਸਿਰਜੀ ਹੋਈ ਕਾਇਨਾਤ ਵਿੱਚ, ਉਹਦੀ ਰਚਨਾ ਵਿੱਚ। ਫਿਰ ਅੱਗੇ ਕਹਿੰਦੇ ਨੇ
ਸਿਮਰਤ ਮੌੜੀ ਸਿਉਂ ਕਤੇਬ, ਸਿਮਰਤੀਆਂ ਹੋਂਦ ਵਿੱਚ ਆਈਆਂ ਸਹਿਤ ਕਤੇਬ ਦੇ। ਕਤੇਬ ਦਾ ਮਤਲਬ ਹੈ ਤੌਰੇਤ, ਅੰਜੀਲ, ਜੰਬੂਰ ਔਰ ਬਾਈਬਲ, ਕੁਰਾਨ ਆਦਿਕ। ਇਹ ਜਿਹੜੇ ਚਾਰ ਸਾਮੀ ਗ੍ਰੰਥ ਨੇ ਇਹਨਾਂ ਨੂੰ ਇਕੱਠਿਆਂ ਨੂੰ ਕਤੇਬ ਕਹਿ ਦਿੰਦੇ। ਉਹਦੇ ਵਿੱਚ ਈਸਾਈਆਂ ਦੀ ਪੁਸਤਕ ਹੈ, ਇਸਲਾਮ ਦੀ ਪੁਸਤਕ ਹੈ, ਪਾਰਸੀਆਂ ਦੀ ਪੁਸਤਕ ਹੈ ਔਰ ਉਹਦੇ ਵਿੱਚ ਹੀ ਯਹੂਦੀਆਂ ਦੀ ਪੁਸਤਕ। ਇਹਨਾਂ ਦੇ ਗ੍ਰੰਥਾਂ ਨੂੰ ਇਕੱਠਿਆਂ ਕਤੇਬ ਲਿਖਿਆ। ਕੀ ਸਿਮਰਤੀਆਂ, ਕੀ ਵੇਦ, ਕੀ ਕਿਤਾਬਾਂ, ਭਾਵ ਇਹ ਸਾਰੇ ਧਰਮ ਗ੍ਰੰਥ ਉਸ ਪਰਮੇਸ਼ਰ ਵਾਹਿਗੁਰੂ ਦੀ ਸਿਰਜੀ ਹੋਈ ਇਸ ਬ੍ਰਹਿਮੰਡੀ ਰਚਨਾ ਵਿੱਚ, ਉਹਦੇ ਜਗਤ ਵਿੱਚ, ਉਹਦੇ ਬਣਾਏ ਸੰਸਾਰ ਵਿੱਚ ਹੀ ਪੈਦਾ ਹੋਏ। ਜਾਣੀਏ ਵੀ ਬਾਕੀ ਚੀਜ਼ਾਂ ਵਾਂਗ ਉਹਦੀ ਰਚਨਾ ਵਿੱਚ ਹੀ ਇੱਕ ਪੈਦਾਇਸ਼। ਫਿਰ ਕਹਿੰਦੇ ਨੇ ਸ਼ੰਕਰ ਮੌਲਿਓ ਯੋਗ ਧਿਆਨ, ਕਾਂਸ਼ੀ ਕਿਉਂਕਿ ਸ਼ਿਵਪੁਰੀ ਹੈ ਅਤੇ ਸ਼ਿਵ ਮੌਤਾ ਦੇਵਤਾ। ਵੈਸੇ ਅਜਬ ਖੇਡ ਹੈ ਵੀ ਜਦੋਂ ਤੁਸੀਂ ਕਿਸੇ ਵੀ ਦੇਵਤੇ ਨਾਲ ਸੰਬੰਧਿਤ ਕਿਸੇ ਗ੍ਰੰਥ ਨੂੰ ਪੜ੍ਹੋਗੇ, ਬਾਕੀ ਸਾਰੇ ਦੇਵਤੇ ਉਸ ਦੇਵਤੇ ਦੇ ਚਰਨਾਂ ਵਿੱਚ ਲਿਖਾਰੀ ਨੇ ਸਾਬਤ ਕੀਤੇ ਨੇ ਕਿ ਰਾਮ ਜੀ ਅਗਰ ਪੂਜਾ ਕਰ ਦੇਣ ਤਾਂ ਉਹ ਵੀ ਸ਼ੰਕਰ ਦੀ ਪੂਜਾ ਕਰਨਗੇ। ਪਰ ਜਿਸ ਵੇਲੇ ਕੋਈ ਬ੍ਰਹਮਾ ਦੇ ਪੱਖ ਵਿੱਚ ਲਿਖੇਗਾ ਤਾਂ ਬਾਕੀ ਦੇਵਤਿਆਂ ਨੂੰ ਹੱਥ ਜੋੜ ਕੇ ਉਹ ਬ੍ਰਹਮਾ ਦੇ ਚਰਨਾਂ 'ਚ ਖੜਿਆ ਕਰੇਗਾ। ਵਿਸ਼ਨੂੰ ਦਾ ਭਗਤ ਜਿਹੜਾ ਉਹ ਸਾਰੇ ਦੇਵਤਿਆਂ ਨੂੰ ਵਿਸ਼ਨੂੰ ਦੇ ਚਰਨਾਂ 'ਚ ਖੜਿਆ ਕਰੇਗਾ। ਪਰ ਤੁਸੀਂ ਹੈਰਾਨ ਹੋਵੋਗੇ, ਬ੍ਰਹਮਾ ਦਾ ਕੇਵਲ ਇੱਕ ਮੰਦਿਰ ਹੈ ਭਾਰਤ ਵਿੱਚ। ਬ੍ਰਹਮਾ ਪੈਦਾ ਕਰਨ ਵਾਲਾ ਦੇਵਤਾ, ਵਿਸ਼ਨੂੰ ਪਾਲਣਾ ਕਰਨ ਵਾਲਾ ਦੇਵਤਾ ਅਤੇ ਸ਼ਿਵਜੀ ਮੌਤ ਦਾ ਸੰਘਾਰਕ ਦੇਵਤਾ। ਪੈਦਾ ਕਰਨ ਵਾਲੇ ਦਾ ਮੰਦਿਰ ਗਿਣਤੀ ਦੇ, ਪਾਲਣ ਵਾਲੇ ਦੇ ਗਾਂ ਅੱਗੇ ਅਵਤਾਰਾਂ ਕਰਕੇ ਉਹਦੇ ਮੰਦਿਰ ਨੇ, ਪਰ ਸਭ ਤੋਂ ਵਧੀਕ ਮੰਦਿਰ ਮੌਤ ਦੇ ਦੇਵਤ। ਬੰਦੇ ਨੂੰ ਭੈ ਹੀ ਸਭ ਤੋਂ ਵੱਧ ਮੌਤ ਦਾ ਹੁੰਦਾ, ਇਸ ਕਰਕੇ ਉਹ ਪੂਜਾ ਵੀ ਉਹਦੀ ਕਰੇਗਾ ਜਿਹਨੇ ਮਾਰਨਾ। ਜਿੱਥੋਂ ਡਰ ਲੱਗੇ ਬੰਦੇ ਨੂੰ ਉੱਥੇ ਹੀ ਉਹ ਪੂਜਦਾ। ਪੈਦਾ ਕਰਨ ਵਾਲੇ ਨੇ ਪੈਦਾ ਕਰ ਦਿੱਤਾ, ਉਹਦਾ ਤਾਂ ਮਹਿਕਮਾ, ਉਹਦੀ ਡਿਊਟੀ ਪੂਰੀ ਹੋ ਗਈ, ਉਹਦੀ ਪੂਜਾ ਦਾ ਕੀ ਅਰਥ ਹੈ ਹੁਣ? ਇਸ ਤੋਂ ਪਹਿਲਾਂ ਬੰਦਾ ਉਹਦੀ ਪੂਜਾ ਕਰ ਨਹੀਂ ਸੀ ਸਕਦਾ, ਮੈਨੂੰ ਧਰਤੀ 'ਤੇ ਕੱਲ ਪੈਦਾ ਹੋ ਗਏ, ਬ੍ਰਹਮਾ ਦੀ ਡਿਊਟੀ ਮੁੱਕ ਗਈ। ਦੋ ਜਾਣਿਆਂ ਦੀ ਡਿਊਟੀ ਕਾਇਮ ਹੈ, ਇੱਕ ਤਾਂ ਵਿਸ਼ਨੂੰ ਦੀ, ਇੱਕ ਸ਼ਿਵ ਦੀ ਹੈ। ਵਿਸ਼ਨੂੰ ਪਾਲਣ ਵਾਲਾ ਹੈ, ਉਹਦੇ ਅਵਤਾਰਾਂ ਦੀ ਪੂਜਾ ਕਰਾਂਗੇ, ਰੋਟੀ ਦੀ ਲੋੜ ਹੈ, ਪਦਾਰਥ ਦੀ ਲੋੜ ਹੈ, ਅਤੇ ਪਦਾਰਥ ਥੋੜ੍ਹਾ ਹੋਵੇ ਤਾਂ ਵੀ ਚੱਲੇਗਾ, ਪਰ ਭੈ ਹੈ ਸਭ ਤੋਂ ਵੱਧ ਮੌਤ ਦਾ। ਇਸ ਕਰਕੇ ਹਰ ਗਲੀ ਕੂਚੇ ਵਿੱਚ ਸ਼ਿਵ ਦੀ ਪੂਜਾ ਦਾ ਪ੍ਰਚੰਡ ਪ੍ਰਭਾਵ ਹੈ। ਔਰ ਸ਼ਿਵਪੁਰੀ ਤਾਂ ਹੈ ਹੀ ਸ਼ਿਵਜੀ ਦੀ ਨਗਰੀ, ਇਸ ਕਰਕੇ ਉਹਦੀ ਉਦਾਹਰਣ ਉਚੇਚੀ ਕਬੀਰ ਜੀ ਮਹਾਰਾਜ ਦੇ ਰਹੇ ਨੇ, ਸ਼ੰਕਰ ਮੌਲਿਓ ਯੋਗ ਧਿਆਨ। ਯੋਗ ਸਾਧਨਾ ਵਿੱਚ ਪ੍ਰਚੰਡ ਸ਼ੰਕਰ ਵੀ ਉਹਦੀ ਕੁਦਰਤ ਵਿੱਚ ਹੀ ਵਿਕਾਸ ਵਿੱਚ ਹੈ, ਭਾਵ ਉਹ ਪਰਮੇਸ਼ਰ ਹੈ, ਉਹਦੀ ਕੁਦਰਤ ਹੈ ਤਾਂ ਸ਼ੰਕਰ ਵਰਗੇ ਦੇਵਤੇ ਹਨ। ਅਗਰ ਉਹਦੀ ਰਚਨਾ ਹੀ ਨਾ ਹੁੰਦੀ ਤਾਂ ਸ਼ੰਕਰ ਦਾ ਕੌਣ ਨਾਮ ਲੈਂਦਾ, ਉਹਦਾ ਜ਼ਿਕਰ ਕਿੱਥੇ ਹੁੰਦਾ, ਉਹ ਕਿੱਥੇ ਹੁੰਦਾ, ਉਹਨੂੰ ਪੂਜਣ ਵਾਲੇ ਕਿੱਥੇ ਹੁੰਦੇ, ਉਹਨੂੰ ਮੰਨਣ ਵਾਲੇ ਕਿੱਥੇ ਹੁੰਦੇ, ਉਹਦੇ ਲੇਖ ਕਿੱਥੇ ਹੁੰਦੇ, ਉਹਦੀਆਂ ਕਹਾਣੀਆਂ ਕਿੱਥੇ ਹੁੰਦੀਆਂ? ਪਰਮੇਸ਼ਰ ਦੀ ਰਚਨਾ ਹੈ ਅਤੇ ਉਹਦੇ ਵਿੱਚ ਹੀ ਇਹ ਸਾਰਾ ਕੁਝ ਹੈ ਨਾ। ਇਸ ਕਰਕੇ ਕਬੀਰ ਜੀ ਕਹਿੰਦੇ, ਕਬੀਰ ਕੋ ਸਵਾਮੀ ਸਭ ਸਮਾਨ। ਪਰ ਜੋ ਕਬੀਰ ਦਾ ਸਵਾਮੀ ਹੈ, ਜਿਹੜਾ ਕਬੀਰ ਦਾ ਮਾਲਕ ਹੈ, ਉਹ ਸਾਰਿਆਂ ਵਿੱਚ ਇੱਕ ਸਾਰ ਵਸਿਆ ਹੋਇਆ। ਕੀ ਭਲਾ ਕੀ ਬੁਰਾ
ਕੀ ਆਪਸੀ ਵਿਚਾਰਕ ਮਤਭੇਦ ਰੱਖਣ ਵਾਲਾ ਅਤੇ ਕੀ ਫਿਜ਼ੀਕਲ ਫਰਕ ਰੱਖਣ ਵਾਲਾ, ਕੀ ਵੱਖਰੀ ਵੱਖਰੀ ਰਚਨਾ ਤਾਂ ਅਨੰਤ ਭਾਏ ਕਹਿ ਹੀ ਦਿੱਤਾ ਕਬੀਰ ਜੀ ਮਹਾਰਾਜ ਨੇ, ਕਹਿੰਦੇ ਉਹ ਸਾਰਿਆਂ ਵਿੱਚ ਸਮਾਨ ਹੈ। ਕਬੀਰ ਦਾ ਮਾਲਕ ਭੇਦ ਭਾਵ ਨਹੀਂ ਕਰਦਾ, ਉਹ ਸਭਨਾਂ ਵਿੱਚ ਇੱਕੋ ਜਿਹਾ ਰਹਿੰਦਾ। ਤੁਸੀਂ ਇਸਲਾਮ ਦੇ ਦਾਇਰੇ ਵਿੱਚ ਰਹਿਣ ਵਾਲੇ ਸੱਜਣਾਂ ਨੂੰ ਪੁੱਛੋਗੇ, ਉਹ ਕਹਿਣਗੇ ਹਜ਼ਰਤ ਅਜ਼ਰਾਈਲ ਰਜ਼ੀ ਅੱਲਾਹੁ ਅਨਹੁ, ਯਾਨੀ ਉਹ ਫਰਿਸ਼ਤਾ ਜਿਹੜਾ ਮੌਤ ਦਿੰਦਾ, ਉਹਨੂੰ ਪੁੱਛੋ ਵੀ ਸ਼ਿਵ ਵੀ ਮਾਰਦਾ ਦੁਨੀਆ? ਉਹ ਕਹਿੰਦੇ ਕੀ ਗੱਲ ਕਰਦੇ ਹੋ, ਅਜ਼ਰਾਈਲ ਮਾਰਦਾ ਸਾਰਿਆਂ ਨੂੰ, ਉਹੀ ਮੌਤ ਦਾ ਫਰਿਸ਼ਤਾ ਹੈ ਅਤੇ ਉਹੀ ਸਿਰਿਆਂ ਲੈ ਕੇ ਆਉਂਦਾ। ਅਤੇ ਸ਼ਿਵ ਨੂੰ ਪੂਜਣ ਵਾਲਿਆਂ ਨੂੰ ਪੁੱਛੋਗੇ ਵੀ ਅਜ਼ਰਾਈਲ ਵੀ ਕੋਈ ਹੈ ਜਿਹੜਾ ਮੌਤ ਦਿੰਦਾ ਦੁਨੀਆ ਨੂੰ? ਕਹਿੰਦੇ ਕਿਹੜੀ ਗੱਲ ਕਰਦੇ ਹੋ, ਮੌਤ ਦਾ ਦੇਵਤਾ ਤਾਂ ਸ਼ਿਵ ਜੀ ਹੈ, ਯਾਨੀ ਮੌਤ ਦੋਵਾਂ ਨੂੰ ਹੀ ਆਉਣੀ ਹੈ, ਭਾਵੇਂ ਕੋਈ ਇਜ਼ਰਾਈਲ ਦਾਨ ਲੈ ਲਵੇ ਅਤੇ ਭਾਵੇਂ ਕੋਈ ਸ਼ਿਵ ਲੈ ਲਵੇ, ਪਰ ਫਰਕ ਇੰਨਾ। ਉਹ ਕਹਿਣਗੇ ਮੌਤ ਦਾ ਦੇਵਤਾ ਅਸਲ ਸ਼ਿਵ ਹੈ, ਦੂਜੇ ਕਹਿਣਗੇ ਇਜ਼ਰਾਈਲ ਹੈ। ਪਰ ਕਬੀਰ ਜੀ ਕਹਿੰਦੇ ਨੇ ਮੇਰਾ ਪਰਮੇਸ਼ਰ ਹੀ ਸ਼੍ਰੋਮਣੀ ਹੈ, ਸਰਵੋਤਮ ਹੈ, ਅਤੇ ਉਹਦਾ ਹੁਕਮ ਹੀ ਸਾਰੀ ਥਾਈਂ ਲਾਗੂ ਹੈ। ਉਹਨੂੰ ਤੁਸੀਂ ਕੁਝ ਵੀ ਕਹਿ ਲਓ, ਕਿਸੇ ਤਰ੍ਹਾਂ ਵੀ ਕਹਿ ਲਓ, ਪਰ ਉਹਦੇ ਹੁਕਮ ਵਿੱਚ ਹੀ ਪੈਦਾਇਸ਼ ਹੁੰਦੀ ਹੈ, ਹੁਕਮ ਵਿੱਚ ਹੀ ਪਾਲਣਾ ਹੁੰਦੀ ਅਤੇ ਹੁਕਮ ਵਿੱਚ ਹੀ ਸੰਸਾਰ ਖਤਮ ਹੁੰਦਾ, ਜੀਵ ਖਤਮ ਹੁੰਦਾ। ਉਹਦੇ ਹੁਕਮ ਦੀ ਕੋਈ ਅਦੂਲੀ ਨਹੀਂ ਕਰ ਸਕਦਾ। ਇਸ ਵਾਸਤੇ ਕਬੀਰ ਕੋ ਸਵਾਮੀ ਸਭ ਸਮਾਨ ਸਾਹਿਬ ਕਿਰਪਾ ਕਰਨ, ਸ਼ਬਦ ਦਾ ਜੋ ਤੱਤ ਭਾਵ ਹੈ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ, ਗਰੀਬ ਨਿਵਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਾਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।